ਗੁਰਾਇਆ ਇਲਾਕੇ ਵਿੱਚ ਮੁੜ ਤੋਂ ਮਾੜੇ ਅਨਸਰਾਂ ਨੇ ਆਪਣਾ ਬੋਲਬਾਲਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਕਿ ਪਿਛਲੇ ਦਿਨਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ, ਉੱਥੇ ਹੀ ਤੜਕਸਾਰ ਹੀ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਦੋ ਵਿਅਕਤੀਆਂ ਨਾਲ ਮਾਰਕੁੱਟ ਕਰਕੇ ਉਹਨਾਂ ਕੋਲੋਂ ਨਕਦੀ ਅਤੇ ਮੋਬਾਈਲ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਰਸ਼ੋਤਮ ਲਾਲ ਵਾਸੀ ਪਿੰਡ ਮਾਲਾ ਨੇ ਦੱਸਿਆ ਕਿ ਉਹ ਤੜਕੇ 5 ਵਜੇ ਆਪਣੇ ਪਿੰਡ ਤੋਂ ਸਵਾਰੀਆਂ ਛੱਡਣ ਲਈ ਆਪਣੇ ਈ ਰਿਕਸ਼ਾ 'ਤੇ ਗੁਰਾਇਆ ਬੱਸ ਸਟੈਂਡ 'ਤੇ ਆਇਆ ਸੀ ਅਤੇ ਜਦੋਂ ਉਹ ਸਵਾਰੀਆਂ ਛੱਡ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ ਤਾਂ ਗੁਰਾਇਆ ਨੈਸ਼ਨਲ ਹਾਈਵੇ 'ਤੇ ਗੁਰਦੁਆਰਾ ਸਾਹਿਬ ਦੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਈ ਰਿਕਸ਼ਾ 'ਤੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੂੰ ਥੱਲੇ ਸੁੱਟ ਕੇ ਪੁੱਠੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਜ਼ਖਮੀ ਕਰਕੇ ਉਸ ਪਾਸੋਂ 1950 ਰੁਪਏ ਦੀ ਨਕਦੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਉਹ ਜਦੋਂ ਚੌਂਕ ਵਿਖੇ ਪਹੁੰਚਿਆ ਤਾਂ ਉੱਥੇ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ ਅਤੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਹੀ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਭਾਜੀ, ਕੀ ਨਾਂ ਤੁਹਾਡਾ, ਕਿਹੜਾ ਪਿੰਡ ਹੈ? ਮੇਰਾ ਪਿੰਡ ਜੀ ਮਾਲਾ ਹੈ ਜੀ। ਮੇਰਾ ਨਾਂ ਪੁਰਸ਼ੋਤਮ ਲਾਲ ਹੈ ਜੀ। ਸਵੇਰੇ ਮੈਂ ਆਪਣੇ ਪਿੰਡ ਤੋਂ ਬਿਆਸ ਜਾਣ ਨੂੰ ਸੰਗਤ 5 ਆਦਮੀ ਸੀਗੇ ਜੀ। ਉਹਨਾਂ ਨੂੰ ਮੈਂ ਛੱਡਣ ਆ ਰਿਹਾ ਸੀਗਾ। ਛੱਡ ਕੇ ਮੈਨੂੰ ਰਸਤੇ ਦੇ ਵਿੱਚ ਵੀ ਉਹ ਲੁਟੇਰੇ ਵੈਸੇ ਜਾਂਦੇ ਮਿਲੇ ਆ ਅਤੇ ਮੈਂ ਸੋਚਿਆ ਵੀ ਜਾਣੀ ਉਹ ਲੁੱਟੂਈ ਆ, ਜਿਹੜੀ ਲੁੱਟਣ ਵਾਲੀ ਦਾ ਮੂੰਹ ਬੰਨੇ ਹੋਏ ਸੀਗੇ ਜੀ। ਉਸ ਤੋਂ ਬਾਅਦ ਮੈਂ ਜਦ ਇਹਨਾਂ ਨੂੰ ਉਤਾਰ ਕੇ ਤਾਂ ਵਾਪਸ ਗਿਆ ਤਾਂ ਜਿਹੜੀ ਫਿਰ ਮੈਂ ਆਈ ਆਰ ਪੀ ਖੜੌੜੇ ਗੁਰਦੁਆਰਾ ਹੈਗਾ ਜੀ, ਉਹਨਾਂ ਨੂੰ ਥੋੜ੍ਹਾ ਅੱਗੇ ਗਿਆ, ਜਦ ਦੇਖਿਆ ਮੂਹਰੇ ਤਾਂ ਮੂਹਰੇ ਉਹੀ ਆ ਰਿਹਾ ਸੀ ਅਤੇ ਮੈਂ ਆਟੋ ਵਾਪਸ ਕਰਕੇ ਅਤੇ ਪਿੱਛੇ ਨੂੰ ਫਿਰ ਮੂੜਾ ਪਾ ਰਿਹਾ। ਉਹਨਾਂ ਨੇ ਮੋਟਰਸਾਈਕਲ ਤੇਜ਼ ਕਰਕੇ ਆ ਕੇ ਅਤੇ ਮੈਨੂੰ ਮਤਲਬ ਮੇਰੇ ਆਟੋ ਦੇ ਉੱਪਰ ਦਾਤ ਬਹੁਤ ਮਾਰੇ ਆ ਅਤੇ ਮੇਰੇ ਜਿਹੜੀ ਮਾਰਨ ਦੀ ਕੋਸ਼ਿਸ਼ ਕਰਦੇ ਆਟੋ ਦੇ ਉੱਪਰ ਲੱਗਦੇ ਰਹੇ ਆ। ਫਿਰ ਵੀ ਉਹਨਾਂ ਨੇ ਮੋਟਰਸਾਈਕਲ ਤੇਜ਼ ਕਰਕੇ ਮੂਹਰੇ ਲਾ ਕੇ ਘੇਰ ਕੇ ਅਤੇ ਮੈਨੂੰ ਵਿੱਚੋਂ ਖਿੱਚ ਕੇ ਇਹ ਬੈਂਕ ਦੇ ਮੂਹਰੇ ਯਾਨੀ ਕਿ ਸੈੱਟ ਲਿਆ। ਉੱਥੇ ਯਾਨੀ ਕਿ ਕੁੱਟਮਾਰ ਮੇਰੀ ਬਹੁਤ ਕੀਤੀ ਆ ਅਤੇ ਫਿਰ ਮੇਰੇ ਕੋਲ ਪੈਸੇ ਖੋਏ ਉਹਨਾਂ ਨੇ। ਮੈਂ ਉਹਨਾਂ ਨੂੰ ਇਹ ਕਿਹਾ ਵੀ ਮੈਨੂੰ ਕੁੱਟੋ ਨਾ, ਵੀ ਮੇਰੇ ਪੈਸੇ ਮੇਰੇ ਕੋਲ ਲੈ ਲਓ, ਪੈਸੇ ਹੈਗੇ ਮੇਰੇ ਕੋਲ। ਮੇਰੇ ਕੋਲ 1800 ਰੁਪਈਆ ਸੀਗਾ ਜੀ ਅਤੇ ਜਿਨ੍ਹਾਂ ਨੂੰ ਮੈਂ ਛੱਡਣਾ ਸੀ 150 ਰੁਪਏ ਉਹਨਾਂ ਦਾ ਸੀਗਾ ਜੀ, ਯਾਨੀ ਕਿ 1950 ਰੁਪਈਆ ਸੀਗਾ ਜੀ। ਚੌਂਕ ਦੇ ਨੇੜੇ ਹੋਈ ਹੈ? ਹਾਂਜੀ, ਚੌਂਕ ਦੇ ਲਾਗੇ ਯਾਨੀ ਕਿ ਹੋਈ ਆ ਵੀ ਬੰਦੇ ਵੀ ਉੱਧਰ ਪੜੇ ਖੜੇ ਸੀ, ਕੋਈ ਨਹੀਂ ਮੇਰੇ ਲਾਗੇ ਨਹੀਂ ਕੋਈ ਵੀ ਆਇਆ ਹੈਗਾ ਅਤੇ ਇੱਕ ਸਵੀਪਰਮੈਨ ਸੀਗਾ ਅਤੇ ਉਹ ਵੀ ਮੇਰਾ ਉਹਨੇ ਕੋਈ ਸਾਥ ਨਹੀਂ ਤਾਂ ਉਹ ਵੀ ਡਰ ਕੇ ਨੱਠ ਗਿਆ ਅਤੇ ਇਹ ਪੁਲਿਸ ਵਾਲੇ ਕੋਈ ਉੱਥੇ ਇਸ ਟਾਈਮ ਚੌਂਕ ਦੇ ਵਿੱਚ ਕੁਛ ਨਹੀਂ ਸੀਗਾ ਜੀ। ਮੈਂ ਅਸੀਂ ਘੰਟਾ ਡੇਢ ਦੇ ਕਰੀਬ ਖੜ੍ਹੇ ਰਹੇ ਹਾਂ ਅਤੇ ਕੋਈ ਪੁਲਿਸ ਵਾਲਾ ਨਹੀਂ ਮਿਲਿਆ ਹੈਗਾ ਅਤੇ ਉਹ ਬੰਦੇ ਮੋਟਰਸਾਈਕਲ 'ਤੇ ਮਾਣੇ ਕਿ ਦੁਬਾਰਾ ਫਿਰ ਗਰਾਂ ਦੇ ਵਿੱਚ ਘੰਟਾ ਪੌਣਾ ਘੰਟਾ ਘੁੰਮਦੇ ਰਹੇ ਆ ਅਤੇ ਉਹਨਾਂ ਪਿੱਛਾ ਕਿਸੇ ਨੇ ਨਹੀਂ ਕੀਤਾ ਜੀ, ਡਰਦੇ ਮਰੇ ਨੇ ਜੀ। ਹੋਰ ਵੀ ਪਤਾ ਲੱਗਾ ਕਿਸੇ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਨੂੰ ਲੁੱਟਿਆ? ਹਾਂਜੀ, ਇੱਕ ਭਈਆ ਸੀਗਾ ਜੀ ਯੂਪੀ ਬਿਹਾਰ ਦਾ ਅਤੇ ਉਹ ਮਾਲਾ ਦੇ ਮੋੜ 'ਤੇ ਖੜਾ ਸੀਗਾ ਜੀ। ਉਹਨੂੰ ਵੀ ਹਲਵਾਈ ਦਾ ਉਹ ਯਾਨੀ ਕਿ ਵਰਕਰ ਸੀਗਾ ਜੀ, ਉਹਦੇ ਕੋਲ 2000 ਰੁਪਈਆ ਲੁੱਟ ਕੇ ਲੈ ਗਏ ਅਤੇ ਓਪੋ ਦਾ ਮੋਬਾਈਲ ਲੈ ਕੇ ਗਿਆ ਜੀ। ਉਹ ਵੀ ਕਹਿੰਦਾ ਵੀ ਮੇਰੀ ਕੁੱਟਮਾਰ ਬਹੁਤ ਕੀਤੀ, ਉਹਨਾਂ ਨੇ ਉਹਦੀ ਬਾਂਹ 'ਚ ਰੇਨ ਨਹੀਂ ਚੱਕੀ ਗਈ ਜੀ, ਉਹ ਜਾਣੀ ਕਿ ਬਾਂਹ ਵੀ ਬਹੁਤ ਜਾਣੀ ਹੋਈ ਦਾ ਹੋ ਗਏ। ਉਹ ਮੇਰੇ ਨਾਲ ਜਾ ਕੇ ਥਾਣੇ ਦੇ ਵਿੱਚ ਸੀਟ ਬੋਰਡ ਲਿਖਾਈ ਆ ਅਤੇ ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ। ਕੈਮਰੇ ਵਗੈਰਾ ਕੋਈ ਚੈੱਕ ਕੀਤੇ ਤੁਸੀਂ? ਹਜੇ ਫਿਲਹਾਲ ਕੋਈ ਚੈੱਕ ਨਹੀਂ ਸੀ ਕੀਤਾ ਜੀ, ਪੁਲਿਸ ਵਾਲੇ ਕਹਿੰਦੇ ਸੀ ਚੈੱਕ ਕਰਾਂਗੇ ਲੇਕਿਨ ਪੁਲਿਸ ਵਾਲਿਆਂ ਨੇ ਕੋਈ ਚੈਕਿੰਗ ਨਹੀਂ ਕੀਤੀ ਹੈਗੀ ਜੀ। ਮੰਗ ਜੀ ਇਹਨਾਂ ਦੇ ਇਨਸਾਫ ਹੀ ਹੋਣਾ ਚਾਹੀਦਾ ਵੀ ਦੇਖਣ ਮਤਲਬ ਪੁਲਿਸ ਵੀ ਕਿ ਉਹ ਬੰਦਾ ਕੋਈ ਪਹਿਚਾਣ ਉਹਨਾਂ ਦੀ ਕੀ ਆ ਰਿਹਾ ਜਾਂ ਕਿੱਦਾਂ ਆ ਵੀ ਹੈਗਾ ਜਾਂ ਉਹਨਾਂ ਦੀ ਦੇਖਭਾਲ ਵਿੱਚ ਹੈਗੇ ਤੋਂ ਕੋਸ਼ਿਸ਼ ਕਰਨ, ਫੜ ਹੋਣੀ ਚਾਹੀਦੀ ਹੈ ਜੀ।